ਸੰਗਤ ਜੀ ਦਿੱਲੀ ਦੇ ਵਿੱਚ ਹੀ ਮੌਜੂਦ ਹੈਗੇ ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ ਹੁਣ ਫੇਰ ਇੱਕ ਹੋਰ ਜੋ ਵਜਮਾ ਜਿਹੜਾ ਲੱਗਣ ਜਾ ਰਿਹਾ ਹੈਗਾ ਇੱਕ ਹੋਰ ਪ੍ਰੋਟੈਸਟ ਤੇ ਕੀਤਾ ਜਾ ਰਿਹਾ ਹੈ ਪ੍ਰੋਟੈਸਟ ਕਾਂਗਰਸ ਪਾਰਟੀ ਵੱਲੋਂ ਕੀਤਾ ਜਾ ਰਿਹਾ ਪਹਿਲੇ ਦਿੱਲੀ ਸੁਗਰ ਪ੍ਰਬੰਧਕ ਕਮੇਟੀ ਔਰ ਅਕਾਲੀ ਦਲ ਵੱਲੋਂ ਵੀ ਕੀਤਾ ਗਿਆ ਉਹਨਾਂ ਕਾਂਗਰਸ ਵੱਲੋਂ ਵੀ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਹੈਗਾ ਤੁਸੀਂ ਦੇਖ ਰਹੇ ਹੋ ਔਰ ਇਸ ਤੋਂ ਇਲਾਵਾ ਇੱਥੇ ਜੋ ਤੁਸੀਂ ਦੇਖ ਸਕਦੇ ਹੋ ਕਿ ਬੀਜੇਪੀ ਵੱਲੋਂ ਵੀ ਥੋੜੀ ਦੇਰ ਬਾਅਦ ਇੱਥੇ ਬੀਜੇਪੀ ਵੱਲੋਂ ਵੀ ਇੱਥੇ ਪ੍ਰੋਟੈਸਟ ਦੀ ਕਾਲ ਕੀਤੀ ਗਈ ਹੈਗੀ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਇੱਥੇ ਪ੍ਰੋਟੈਸਟ ਕੀਤੇ ਜਾ ਰਹੇ ਹੈਗੇ ਆ ਲਗਾਤਾਰ ਇੱਥੇ ਲੋਕ ਕੀ ਚੱਲ ਚਲੇਗਾ ਵੋ ਕੁੱਤੇ ਕੀ ਮੌਤ ਮਰੇਗਾ ਪਾਕਿਸਤਾਨ ਕੀ ਚੱਲ ਚਲੇਗਾ ਵੋ ਕੁੱਤੇ ਕੀ ਮੌਤ ਮਰੇਗਾ ਪਾਕਿਸਤਾਨ ਹਾਏ 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 ਨਨਕਾਨ ਹੋਸਮੇ 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 ਸਿੱਖੋ ਕੇ ਉੱਪਰ ਹਮਲਾ ਬੰਦ ਕਰੋ ਬੰਦ ਕਰੋ ਬੰਦ ਕਰੋ ਸਿੱਖੋ ਕੇ ਉੱਪਰ ਹਮਲਾ ਬੰਦ ਕਰੋ ਬੰਦ ਕਰੋ ਬੰਦ ਕਰੋ जी क्या कहना चाहेंगे हम ये कहना चाहते हैं जिसने ये काली करतूत करी है उसने अगर माँ का दूध पिया है पंजाब की शरण में आए उसको एक सिख नहीं कई सिख जवाब दे देंगे कि ये किस तरीके से हरकत करने की कोशिश करी है आज पाकिस्तान ने एक रेलगाड़ी की हरकत करी थी पंजाब के लोगों ने दो रेलगाड़ियां वापस भेजी थी 1947 में इस काली करतूत करने वाले को अकल आनी चाहिए पाकिस्तान मुर्दाबाद देख सकते हो कि पाकिस्तान के खिलाफ इतने जो कि नारेबाजी की जा रही है दूसरे पास तुसी देख रहे हो कि जो कि कांग्रेस पार्टी वालों जो कि इतने जो प्रदर्शन किया जा रहा ਅੰਬੈਸੀ ਦੇ ਬਾਹਰ ਜਿਹੜਾ ਹੈਗਾ ਇੱਥੇ ਜਾ ਇੱਥੇ ਤੱਕ ਜਿਹੜਾ ਇੱਥੇ ਤੁਸੀਂ ਦੇਖ ਵੀ ਸਕਦੇ ਹੋ ਕਿ ਆਪਣੇ ਫਲੈਗਸ ਲੈ ਕੇ ਤੁਸੀਂ ਦੇਖ ਰਹੇ ਹੋ ਕਿ ਆਪਣਾ ਜੋ ਕਿ ਪਾਰਟੀ ਦਾ ਜਿਹੜਾ ਝੰਡਾ ਲੈ ਕੇ ਇੱਥੇ ਆ ਕੇ ਨਾ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਕਾਂਗਰਸ ਪਾਰਟੀ ਵੱਲੋਂ ਜੋ ਪ੍ਰੋਟੈਸਟ ਕੀਤਾ ਜਾ ਰਿਹਾ ਹੈਗਾ ਅੰਬੈਸੀ ਵੱਲ ਨੂੰ ਉਹ ਕੂਚ ਕਰਦੇ ਪਏ ਹੈਗੇ ਅੰਬੈਸੀ ਵੱਲ ਨੂੰ ਉਹ ਵੱਧਦੇ ਪਏ ਨੇ ਸਾਡੇ ਨਾਲ ਹੋਰ ਵੀ ਇੱਥੇ ਵੀਰ ਮੌਜੂਦ ਨੇ ਆਹ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਸਿੰਘ ਸਾਹਿਬ ਮੌਜੂਦ ਨੇ ਵੀਰ ਜੀ ਆਪ ਜੀ ਦਾ ਨਾਮ ਜੀ ਮੇਰਾ ਨਾਮ ਇੰਦਰਪਾਲ ਸਿੰਘ ਵਿਰਕ ਹੈ ਜੀ ਔਰ ਅੱਜ ਸਾਡੀ ਕਾਂਗਰਸ ਪਾਰਟੀ ਨੇ ਜੋ ਕੱਲ੍ਹ ਸਾਡੇ ਗੁਰੂ ਘਰ ਲਾਹੌਰ 'ਚ ਕਿਵੇਂ ਮੁਸਲਮਾਨ ਦੇ ਲੋਕਲ ਪਾਕਿਸਤਾਨੀਆਂ ਨੇ ਪੱਥਰਾਬਾਜ਼ ਕੀਤੀ ਸਾਡੇ ਗੁਰੂ ਘਰ ਦੇ ਵਿੱਚ ਵੜ ਕੇ ਕਹਿੰਦੇ ਉਹਨਾਂ ਨੇ ਪਹਿਲਾਂ ਸਾਡੀ ਧੀ ਭੈਣੋ ਚੱਕੀ ਅੱਜ ਤੱਕ ਉਹ ਸਾਡੀ ਧੀ ਉੱਥੇ ਨਹੀਂ ਪਹੁੰਚੀ ਅਤੇ ਇੱਕ ਤਰਫ਼ ਤੁਸੀਂ ਕੋਰੀਡੋਰ ਖੋਲ੍ਹ ਕੇ ਖਤ ਮਨਾਉਂਦੇ ਹੋ ਅਤੇ ਇੱਕ ਪਾਸੇ ਸਾਡੇ ਗੁਰੂ ਘਰ ਨੂੰ ਵੜ ਕੇ ਲਿੱਤਰ ਮਾਰਦੇ ਹੋ ਤਾਂ ਬੜੀ ਕੌੜੀ ਨਿੰਦਾ ਕਰਦੇ ਹਾਂ ਔਰ ਪਾਕਿਸਤਾਨ ਸਰਕਾਰ ਨੂੰ ਬੇਨਤੀ ਕਰਾਂਗੇ ਅਤੇ ਐਵੇਂ ਦੇ ਦੋਸ਼ੀਆਂ ਨੂੰ ਛੇਤੀ ਛੇਤੀ ਗ੍ਰਿਫਤਾਰ ਕਰਨ ਔਰ ਉਹਨਾਂ ਉੱਤੇ ਸਖ਼ਤ ਕਾਰਵਾਈ ਕਰਨ ਤਾਂ ਕਿ ਐਵੇਂ ਦਾ ਕੋਈ ਕੰਮ ਨਾ ਹੋਵੇ ਅਗਰ ਆਹ ਨਹੀਂ ਰੁਕੇਗਾ ਤਾਂ ਅਸੀਂ ਇੰਨੇ ਸਕਸ਼ਮ ਆ ਗਿਆ ਹਿੰਦੁਸਤਾਨ ਦੇ ਲੋਕ ਅਸੀਂ ਘਰ ਵੜ ਕੇ ਉਹਨਾਂ ਨੂੰ ਵੜ ਕੇ ਗੋਲੀ ਮਾਰ ਸਕਦੇ ਧੰਨਵਾਦ ਕਰ ਰਹੇ ਦੇਖ ਸਕਦੇ ਰੋਸ਼ ਲੋਕਾਂ ਦਾ ਜਿਹੜਾ ਹੈਗਾ ਕਾਫੀ ਵਾਧਾ ਪਿਆ ਹੈਗਾ ਔਰ ਹੋਰ ਵੀ ਇੱਥੇ ਲੋਕ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਸਾਹਿਬ ਜੀ ਆਪ ਜੀ ਦਾ ਨਾਮ ਜੀ ਗੁਲਜ਼ਾਰ ਸਿੰਘ ਲਾਂਬਾ ਹਾਂਜੀ ਕੀ ਕਹਿਣਾ ਚਾਹੋਗੇ ਮੈਂ ਕਹਿੰਦਾ ਜੋ ਨਨਕਾਣਾ ਸਾਹਿਬ ਤੇ ਹਮਲਾ ਕੀਤਾ ਗਿਆ ਜੋ ਸਿੱਖ ਸੰਗਤ ਨੂੰ ਪਰੇਸ਼ਾਨ ਕੀਤਾ ਗਿਆ ਉਹ ਬਹੁਤ ਹੀ ਨਿੰਦਾਯੋਗ ਕੰਮ ਹੈ ਗੌਰਮੈਂਟ ਨੂੰ ਉਹਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਹੈ ਹਿੰਦੁਸਤਾਨੀ ਗੌਰਮੈਂਟ ਨੂੰ ਵੀ ਇਹਦੇ ਉੱਤੇ ਸੰਗਿਆਨ ਲੈਣਾ ਚਾਹੀਦਾ ਹੈ ਇੱਕ ਆਪ ਜੀ ਦਾ ये जो अल्पसंख्यकों को डराया और धमकाया जा रहा है ये आपस के अंदर ना एक लड़ाई मकसद हिंदू मुसलमान सिख ईसाई एक एक करके एक एक कम्युनिटी को परेशान करके ये भारतीय जनता पार्टी जो साजिश रच रही है ये इसमें सफल नहीं हो पाएगी हम सब एक हैं क्योंकि हिंदुस्तान जनता पार्टी का इसमें क्या रोल मुद्दा तो पाकिस्तान के अंदर पाकिस्तान के अंदर हुआ सहत तो ही नहीं किया है जो कॉरिडोर खुलवाया और जो पाकिस्तान को इतनी हेल्प करते हैं कभी इनके नेता कॉरिडोर खुलवाया क्या मतलब कॉरिडोर जाने के लिए अभी आप क्या नहीं खुलना चाहिए नहीं खुला मतलब इन्हीं की रहनुमाई में फिर ये दंगे क्यों दंगे भी तो इन्हीं की उसी में हो रहे हैं पाकिस्तान है कितना जितना हमारा यूपी है उससे भी छोटा है अगर चाहें तो हम एक सेकेंड हवा मारे उड़ा देंगे उसको ਪਰ ਇਹ ਸਰਕਾਰ ਕੋ ਐਕਸ਼ਨ ਲੈਣਾ ਚਾਹੀਏ ਠੀਕ ਹੈ ਜੀ ਦੇਖ ਸਕਦੇ ਹੋ ਸੰਗਤ ਜੀ ਇੱਥੇ ਤਾਂ ਲਗਾਤਾਰ ਹੋਰ ਵੀ ਇੱਥੇ ਪ੍ਰੋਟੈਸਟ ਕੀਤੇ ਜਾ ਰਹੇ ਹੋਰ ਵੀ ਕੁਝ ਲੋਕ ਇੱਥੇ ਆਏ ਹੋਏ ਨੇ ਜਿਸ ਸੰਗਤ ਜੀ ਲਗਾਤਾਰ ਜੋ ਕਿ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਔਰ ਤੁਸੀਂ ਦੇਖ ਸਕਦੇ ਹੋ ਜਿੱਥੇ ਸਾਡੇ ਸਿੱਖ ਭਰਾ ਇੱਥੇ ਮੌਜੂਦ ਹੈ ਹਿੰਦੂ ਭਰਾ ਵੀ ਮੌਜੂਦ ਨੇ ਮੁਸਲਿਮ ਭਰਾ ਵੀ ਮੌਜੂਦ ਹੈ ਆਓ ਗੱਲਬਾਤ ਕਰਾਂਗੇ ਆਪਸੇ ਬਾਤ ਕਰਨਾ ਚਾਹੇਂਗੇ ਯਹਾਂ ਪਰ ਸਾਰੇ ਹਿੰਦੂ ਭਾਈ ਸਿੱਖ ਭਾਈ ਮੁਸਲਿਮ ਸਭ ਇੱਕ ਸਾਥ ਆ ਕੇ ਇਸ ਬਾਰੇ ਮੇਂ ਬਾਤ ਕਰ ਰਹੇ ਹਾਂ ਨਨਕਾਣਾ ਸਾਹਿਬ ਮੇਂ ਵੀ ਕੱਲ ਇਹ ਬਾਤ ਹੋਈ ਹੈ ਚਾਹੇ एक बात देखने को सामने आई है चाहे एक गुट ने जो वहां पर ननकाना साहब के ऊपर हमला किया पर अगर एक गुट ने हमला किया तो उसके अलावा सैकड़ों मुसलमान सपोर्ट में भी आए
यानी कि वहां पर जो गुरुद्वारा कमेटी से भी अपील की जा रही है कि हिंदू मुस्लिम सिख ईसाई एकता को खतरा पहुंचाया जा रहा है, आप क्या कहना चाहते हैं इसमें? आप भी मुसलमान होने के नाते भी इसके ऊपर आए हैं साथ साथ। मैं कहना चाहता हूं जो जिस तरीके से इमरान खान ये छोटी कायराना हरकत करवा रहा है, ये सब बर्दाश्त नहीं होगी। हिंदू मुसलमान सिख ईसाई सब मुसलमान पूरी तरीके से हिंदुस्तान का सिख भाइयों के साथ में खड़ा है। जो पाकिस्तान में हमारे साथ ये कायराना हरकत कर रहा है, हम इमरान खान को चेताना चाहते हैं, या तो सुधर जाए नहीं उसके घर में घुस के हम मारेंगे। हम पूरी तरीके से हम यहाँ पे उसका विरोध करते हैं, कड़ी उस शब्दों में विरोध करते हैं, और हम इस तरीके इस कायराना हरकत को हम बर्दाश्त नहीं करेंगे। पूरा हिंदुस्तान एक, हिंदू मुसलमान सिख ईसाई सब एक है। देखिए ये भाई साहब मुस्लिम है, ये सिख है, मैं हिंदू, हम हिंदू मुस्लिम सिख ईसाई यहाँ पे सब हिंदुस्तान में भाई भाई भाइयों। ये जो पाकिस्तान हमको बांटना चाहता है, नरेंद्र मोदी जी हमको बांटना चाहते हैं, नरेंद्र मोदी जी ने सीए यहाँ पे लागू किया, एनआरसी लागू किया, जिससे पाकिस्तान को हवा मिली, जिससे हमारे ननकाना साहिब गुरुद्वारे के ऊपर हमला हुआ। ये किसकी वजह से हुआ? ये मोदी जी की वजह से हुआ है, अमित शाह जी की वजह से हुआ है, जिन्होंने ये सेह उनको दी है सीए लागू करके और एनआरसी लागू करके। हम ये हमला कभी नहीं सहेंगे, हिंदू मुस्लिम सिख ईसाई हम सब आपस में भाई भाई, और ये बीजेपी और पाकिस्तान पता नहीं कौन कहां से आई। मैं कड़े शब्दों में इसकी निंदा करता हूँ। अगर ये नहीं आती, एनआरसी नहीं आती, इसका मुद्दा नहीं उठाते, तो ये बात वहां पर पाकिस्तान में नहीं हो सकती थी। ये गलत किया, और जिन लोगों ने गुरुद्वारे के ऊपर हमला किया वो बिल्कुल उसके कड़े शब्दों में निंदा करते हैं। हम लोग, हम सब मुसलमान सिखों के साथ हैं, सरदारों के साथ हैं। वो गुरुद्वारा उनका है, धार्मिक स्थल है, तो हमारा भी वो धार्मिक स्थल है। हम बिल्कुल साथ हैं, हम इमरान खान की पाकिस्तान की निंदा करते हैं और उनसे कहते हैं कि होश में आ जाओ, नहीं तो इसके अमाल अच्छे नहीं होंगे, ये अच्छा नहीं होगा। फिर मैं बर्दाश्त ये नहीं करूंगी कि हमारा भाई भाई और हमारे भारत में अगर ये मोदी जी के कारण हुआ है, अगर ये मुद्दा मोदी जी एनआरसी वाला नहीं उठाते तो ये क्या नाम इमरान वहाँ नहीं पाकिस्तान में ऐसा करते। और अगर ऐसा इमरान ने किया है तो इमरान से मैं कहती हूँ कि सामने आके करो और किसी धर्म पे खिलवाड़ मत करो। अगर आप धर्म पे खेल रहे हो ना तो धर्म पे मत खेलो। अगर वैसे आपको लड़ना है, भारत से सामना करना है, तो आप सामने आके लड़ाई लड़िए, हम तैयार है। हम हिंदू मुस्लिम सिख ईसाई हम चारों एक है, हम लड़ने मरने को तैयार है। हम भारतवासी, हम जुलुम नहीं, जो जुलुम दे रहे, जो टॉर्चर कर रहे, जो टॉर्चर कर रहे और जो उनको बंधक बना रखा है, तो हम ये बर्दाश्त बिल्कुल नहीं करेंगे कि ये इतनी घिनौनी हरकत और ये जो षड्यंत्र रचा जा रहा है। तो मैं इमरान जी से कहती हूँ कि इमरान जी होश में आ जाओ, और अगर होश में नहीं आए तो भारत को आप पता नहीं है कि भारत क्या कर सकता है। धन्यवाद करते हैं जी। संगत जी देख सकते हो कि मुद्दा जड़ा है कि होर बना के दिता गया, कोई एनआरसी दे नाल जुड़ रहा है, कोई सीए दे नाल जुड़ रहा है, अलग अलग चीजा अलग अलग बयान दिते जा रहे हैं। लगातार तुसी देख रहे हो कि कांग्रेस वालों जड़ा है बहुत वड्डा एक प्रोटेस्ट इत्थे कीता जा रहा है। सामने तुसी देखोगे कि लगातार जो इमरान खान होश में आओ, इस तरह ननकाना साहब की रक्षा करो, इस तरीके के साइन बोर्ड्स भी इत्थे प्ले कार्ड्स भी लगाए जा रहे हैं, बहुत वड्डी दा। आप क्या कहना चाहते हैं? सर हमें कहना चाहते हैं कि हमारे गुरुद्वारे पे जो पाकिस्तान ने नकारा जो हरकत की है उसको हम बर्दाश्त नहीं करेंगे। उसके लिए हम यहाँ पे अपना विरोध प्रदर्शन कर रहे हैं, और हम ये देश की जो है ना सरकार से मांग करेंगे कि उसके खिलाफ सख्त से सख्त जो है कार्रवाई की जाए, जिससे पाकिस्तान हमारे गुरुद्वारे पे दोबारा जो है ना हमला न कर पाए। धन्यवाद करते हैं। देख सकते हो संगत जी किस तरीके बहुत बड़ी तादाद है हदे भी, जो कि कांग्रेस के वालों भी जो कि इतने जो प्रोटेस्ट चलता पे है लगातार, इतने बहुत बड़ी तादाद इतने लोग आए ने, और काफ़ी रिलीजन ने, मल्टी रिलीजन, यानी कि भावें वह सिख भी ने, भावें वह मुसलमान भी ने, भावें वह हिंदू भी ने, इतने आके वो प्रोटेस्ट करते पे ने, लगातार इतने आके अपनी आवाज़ जी है वो बुलंद करते पे ने। जी साढ़े नाल अरविंदर सिंह लवली जी जुड़ चुके हैं, हारून उसूफ जी सारे इत्थे आए हैं प्रोटेस्ट दे विच। लवली जी की कहना चाहोगे जो है जो कि ननकाना साहब दे पर जो अटैक किया गया एक मॉब वालों? बहुत ही निंदा योग जो है कदम है, और वैसे पाकिस्तान सरकार नु चेतावनी देना चाहते हैं कि उन्होंने सख्त तो सख्त कार्रवाई जो है उन्होंने लोगों के खिलाफ करनी चाहिए जिन्होंने अन्य पवित्र स्थान के उत्ते हमला करने की साजिश की है। जिस तरह हिंदुस्तान असी सब धर्म सब जाति के लोगों का सब मंदिर हो मस्जिद हो गुरुद्वारे हो उन्होंने सम्मान करने हैं, पाकिस्तान भी उस तरीके ना करना चाहिए। और ऐसी करके आज कांग्रेस जड़ी है वो पाकिस्तान अंबैसी से प्रदर्शन करने वास्ते आई है।
लगातार इतने काफी पार्टियां वालों भी इतने और काफी लोगों वालों प्रोटेस्ट किया जा रहा है, गुस्सा फुट के आ रहा है क्योंकि ननकाना साहब नूं आपां कह दईए कि काबा मनिया जाता सिख धर्म का जिहड़ा ते ऐसा इतिहासिक स्थान जिथों सिख धर्म शुरू होया सीगा। एक पासे 550 साल मनाया जा रहा है, दूसरे पासे इहो जी हरकत है। तकरीबन 350-400 परिवार सिखां दे उत्थे रहिंदे हैगे आ, उन्हां दी सिक्योरिटी दे उपर भी बड़े इशूज बनते पे है। तुसीं की अपील करना चाहोगे सरकार, किस तरीके एक्शन? देखो ननकाना साहब खाली सिखां दा नहीं, क्योंकि गुरु नानक देव जी नूं सिखां दे इलावा भी दुनिया भर दे जो है बाकी लोग भी मनते हैं, चाहे वो किसी भी धर्म के हो। ननकाना साहब पूरी दुनिया वास्ते जो है एक ऐसा पाकिस्तान है जिंदे वास्ते सारी दुनिया बड़ी श्रद्धा के नाल देखती है। और यह गल ठीक है कि एक तरफ असी उन्होंने 550 साल मना रहे हैं और दूजी तरीके नाल पाकिस्तान सरकार एक तरफ करतारपुर साहब का कोरीडोर खोल रही है और दूसरी तरफ इस तरीके की हरकत हो रही है। तो मैं उम्मीद है कि पाकिस्तान सरकार सख्त कार्रवाई उन्होंने खिलाफ करेगी। इमरान खान ने कोई स्टेटमेंट नहीं है। और बिल्कुल उन्होंने स्टेटमेंट देनी, खाली स्टेटमेंट नहीं देनी चाहिए, कार्रवाई करनी चाहिए। हारून हुसैन जी साढ़े नाल इत्थे मौजूद ने। सर आपसे सवाल रहेगा, जब एक ग्रुप की तरफ से वहां पर, मैं ये नहीं कहेंगे मुसलमानों की तरफ से, एक ग्रुप की तरफ से वहां पर ये अटैक करने की कोशिश की गई, तो ये देखा गया वहां पर ये बात सामने आई कि कई मुसलमानों ने उनका विरोध भी किया कि भाई आप गुरुद्वारे से चले जाओ, और गुरुद्वारा कमेटी ने भी अपील की कि हिंदू सिख मुस्लिम एकता को यहाँ पर खतरा इसकी वजह से किया जा रहा है, क्या कहना चाहेंगे? देखिए, इतने पवित्र और पाक जगह पे इस तरह की निंदनीय घटना होना, उसी के रोष में हम तमाम लोग यहाँ पर आए हैं। आज पूरी कांग्रेस पार्टी उसकी निंदा करती है, क्योंकि मुसलमान पूरे हिंदुस्तान में बहुत आदर करता है हिंदुस्तान के सिखों का, क्योंकि कभी भी कोई ऐसा मसला आया सब एक साथ खड़े हुए हैं, सिख हिंदू ईसाई मुसलमान सब मिलके। और मैं समझता हूं कि जो पाकिस्तान में ये हरकत हुई है, पाकिस्तान के प्राइम मिनिस्टर को इसके ऊपर कड़ी से कड़ी कार्रवाई करनी चाहिए, नहीं तो पूरे हिंदुस्तान के अंदर इस तरह के एहतजाज जारी रहेंगे। ठीक है जी, धन्यवाद करते हैं। तो देख रहे हो कि हारून यूसुफ जी और अरविंदर सिंह लवली जी वो कांग्रेस के नाल अपना पूरा सारे इतने नुमाइंद इतने आए ने, और लगातार बहुत वड्डी तादाद के विच भी इतने प्रोटेस्ट करते पे ने। तुसी देख रहे हो ना, तुहानू असी जोड़ते पे लगातार, तुसी देख रहे हो कि किस तरीके लोग इतने आए हुए ने और इस प्रोटेस्ट के विच आके हिस्सा पाते पे ने, और पाकिस्तान के खिलाफ जो नारेबाजी की जा रही है और लगातार इस मामले के उपर जो है कार्रवाई करने की इतने डिमांड चुकी जा रही है जी। तरविंदर सिंह मारवा साढ़े नाल मौजूद ने, की कहना चाहोगे जी? ये चाहवांगे जेड़ा पाकिस्तान दे उत्ते होया ननकाना साहब ते, वो एक बहुत ही साजिश हैगी है, और ये साजिश जिन्हां लोगों की हैगी है उन्हां ते कार्रवाई होनी चाहिए, और उन्हां ते जल्दी तो जल्दी कार्रवाई होनी चाहिए है, और उत्ते जितना सिख समुदाय है उसकी सेफ्टी चाहिए है सानू। Thank you.
ਜੀ ਹਾਂ ਸਾਡੇ ਨਾਲ ਕਾਂਗਰਸ ਦੀ ਲੀਡਰਸ਼ਿਪ ਵੀ ਇੱਥੇ ਮੌਜੂਦ ਹੈਗੀ ਹੈ ਗੁਰਚਰਨ ਸਿੰਘ ਰਾਜ ਜੀ ਵਰਿਆਮ ਤੋਂ ਜੁਟੋ ਦੀ ਸਰਪ੍ਰਵਾਜ ਸਾਰੇ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਹੋ ਜਿਸਨੇ ਵੀ ਗਲਤ ਆਦਮੀ ਨੇ ਹਰਕਤ ਕੀਤੀ ਹੈਗੀ ਹੈ ਇਹ ਬਹੁਤ ਨਿੰਦਨੀ ਹੈਗੀ ਹੈ ਬਹੁਤ ਅਸੀਂ ਕਿਤੇ ਹਰ ਤਰ੍ਹਾਂ ਨਾਲ ਵਿਰੋਧ ਕਰ ਰਹੇ ਹਾਂ ਪ੍ਰਦਰਸ਼ਨ ਅਦਾ ਕਰ ਰਹੇ ਹਾਂ ਉਸੇ ਕਰਕੇ ਅਸੀਂ ਪ੍ਰਦਰਸ਼ਨ ਰੱਖਿਆ ਸੁਭਾਅ ਚੋਪੜਾ ਜੀ ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਜੋ ਨਨਕਾਣਾ ਸਾਹਿਬ ਦੇ ਵਿੱਚ ਮਾਈਨੋਰਟੀ ਸਾਡੇ 300-400 ਘਰ ਨੇ ਸਿੱਖਾਂ ਦੇ ਔਰ ਇਨਸਿਕਿਉਰ ਫੀਲ ਕਰ ਰਹੇ ਨੇ ਅੱਜ ਤੁਸੀਂ ਤਾਂ ਪ੍ਰੋਟੈਸਟ ਕਰ ਦੇਖੋ ਝਗੜਾ ਕਿੱਥੇ ਵੀ ਹੋਏ ਉਸੇ ਵਾਸਤੇ ਅਸੀਂ ਪ੍ਰਦਰਸ਼ਨ ਵਾਸਤੇ ਆਏ ਹਾਂ ਕਿ ਜੋ ਲੋਕ ਉੱਥੇ ਰਹਿ ਰਹੇ ਨੇ ਜਿਨ੍ਹਾਂ ਨੂੰ ਦਿੱਕਤ ਹੋ ਰਹੀ ਹੈ ਅਤੇ ਆਪਣੇ ਆਪ ਨੂੰ ਇਨਸਿਕਿਉਰ ਫੀਲ ਕਰ ਰਹੇ ਨੇ ਉਹਨਾਂ ਵਾਸਤੇ ਅਸੀਂ ਪਾਕਿਸਤਾਨ ਸਰਕਾਰ ਕੋਲ ਮੰਗ ਕਰਨੇ ਹਾਂ ਕਿ ਪਾਕਿਸਤਾਨ ਸਰਕਾਰ ਉਹਨਾਂ ਨੂੰ ਪੂਰੀ ਸਿਕਿਉਰਟੀ ਪ੍ਰੋਵਾਈਡ ਕਰਾਏ ਉਹਨਾਂ ਨੂੰ ਦੇਖਭਾਲ ਉਹਨਾਂ ਦੀ ਕਰੇ ਜਿਹਦੇ ਨਾਲ ਕਿ ਉਹ ਸੇਫ ਰਹਣ ਸਾਡੇ ਕਿਸੇ ਵੀ ਬੰਦੇ ਉੱਥੇ ਆ ਜਾਏਗੀ ਇੱਥੇ ਉਹਦੇ ਨਾਲ ਫਿਰ ਉਹਦਾ ਮਾਮਲਾ ਦਿੱਕਤ ਹੋਏਗੀ ਅਤੇ ਜੋ ਵੀ ਸ਼ਰਾਰਤੀ ਤੱਤ ਉੱਥੇ ਗਲਤ ਕੰਮ ਕਰ ਰਿਹਾ ਉਹਨੂੰ ਰੋਕਣਾ ਚਾਹੀਦਾ ਉਹਦੇ ਗੁਰ ਨਿੰਦਾ ਕਰਨੀ ਚਾਹੀਦੀ ਉਹਨੂੰ ਪਕੜ ਕੇ ਅੰਦਰ ਬੰਦ ਕਰਨਾ ਚਾਹੀਦਾ ਕਾਫੀ ਵੱਡੇ ਲੈਵਲ ਤੇ ਇੱਥੇ ਜੋ ਕਿ ਕਾਂਗਰਸ ਦੇ ਨੁਮਾਇੰਦੇ ਵੀ ਪੁੱਛੇ ਭਾਵੇਂ ਉਹ ਸਿੱਖ ਵੀ ਹੋਣ ਹਿੰਦੂ ਮੁਸਲਮਾਨ ਸਾਰੇ ਇੱਥੇ ਸਾਰੇ ਆ ਗਏ ਸਭ ਲੋਕ ਮਿਲ ਕੇ ਕਰ ਰਹੇ ਨੇ ਇਹ ਸੈਕੂਲਰ ਦੇਸ਼ ਹੈਗਾ ਉਹ ਕਾਂਗਰਸ ਹਮੇਸ਼ਾ ਸੈਕੂਲਰ ਰਹੀ ਹੈ ਉਹਨੇ ਹਮੇਸ਼ਾ ਸੈਕੂਲਰਿਜ਼ਮ ਦਾ ਕੰਮ ਕੀਤਾ ਹੈਗਾ ਉਹਦੇ ਅੰਦਰ ਹਿੰਦੂ ਮੁਸਲਮਾਨ ਸਿੱਖ ਈਸਾਈ ਸਭ ਨੇ ਮਿਲ ਕੇ ਕੰਮ ਕੀਤਾ ਹੈਗਾ ਇਹਦੇ ਅੰਦਰ ਕੋਈ ਵੀ ਐਸਾ ਧਰਮ ਨਹੀਂ ਹੈਗਾ ਕਿ ਕਾਂਗਰਸ ਇੱਕ ਬੰਦ ਦੀ ਗੱਲ ਕਰੇ ਅਸੀਂ ਬੀਜੇਪੀ ਵਾਲੇ ਲੋਕ ਨਹੀਂ ਹੈਗੇ ਜੋ ਧਰਮ ਦੇ ਵੋਟਾਂ ਦੇ ਕੰਮ ਕਰੀਏ ਅਸੀਂ ਸਭ ਨੂੰ ਜੋੜਨ ਦਾ ਕੰਮ ਕੀਤਾ ਹੈਗਾ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਕਾਂਗਰਸ ਜੋੜਿਆ ਹਮੇਸ਼ਾ ਸਭ ਨੂੰ ਅੱਜ ਵੀ ਜੋੜਾਂ ਦਾ ਕੰਮ ਅਸੀਂ ਕੀਤਾ ਔਰ ਜੋੜਾਂ ਦਾ ਕੰਮ ਹੀ ਕਰਾਂਗੇ ਜੋ ਪਾਕਿਸਤਾਨ ਦੇ ਅੰਦਰ ਜੋ ਕੰਮ ਹੋਇਆ ਨਨਕਾਣਾ ਸਾਹਿਬ ਦੇ ਉੱਤੇ ਉਹ ਅਸੀਂ ਉਹਦੀ ਨਿੰਦਾ ਕਰਨੇ ਹਾਂ ਔਰ ਉਹਦੇ ਅੰਦਰ ਸਰਕਾਰ ਨਾਲ ਉੱਥੇ ਦੀ ਮੰਗ ਕਰਨੇ ਹਾਂ ਕਿ ਉੱਥੇ ਉਹਨਾਂ ਨੂੰ ਸਾਰੇ ਜੋ ਉੱਥੇ ਵੀਰ ਰਹਿ ਰਹੇ ਨੇ ਬੰਦੇ ਸਾਡੇ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਸਿਕਿਉਰਟੀ ਪ੍ਰੋਵਾਈਡ ਕਰਾਏ ਉਹਨਾਂ ਦਾ ਦੇਖਭਾਲ ਪੂਰੀ ਤਰ੍ਹਾਂ ਕਰਨ ਧੰਨਵਾਦ ਕਰਦੇ ਗੁਰਚਰਨ ਸਿੰਘ ਪਾਕਿਸਤਾਨ ਪਾਕਿਸਤਾਨ ਹਿੰਦੂ ਮੁਸਲਿਮ ਸਿੱਖ ਈਸਾਈ ਹਿੰਦੂ ਮੁਸਲਿਮ ਸਿੱਖ ਈਸਾਈ ਜੀ ਗੁਰਚਰਨ ਸਿੰਘ ਰਾਜੂ ਨਾਲ ਜੁੜੇ ਸੀ ਵਰਿਆਮ ਕੌਰ ਜੀ ਇੱਥੇ ਮੌਜੂਦ ਨੇ ਇਹ ਕਹਿਣਾ ਚਾਹੂੰਗੀ ਇੱਕ ਤਰਫ ਤੇ ਪੂਰਾ ਵਰਲਡ 550 ਜਯੰਤੀ ਗੁਰੂ ਨਾਨਕ ਦੇਵ ਜੀ ਮਨਾਇਆ ਜਾ ਰਿਹਾ ਦੂਸਰੀ ਤਰਫ ਪਾਕਿਸਤਾਨ ਤੇ ਨਨਕਾਣਾ ਸਾਹਿਬ ਤੇ ਉਸ ਜਗ੍ਹਾ ਤੇ ਜਿੱਥੇ ਪ੍ਰਕਾਸ਼ ਉਤਸਵ ਉਹਨਾਂ ਦਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਸੀ ਉੱਥੇ ਇਸ ਤਰ੍ਹਾਂ ਦਾ ਜੋ ਕੰਮ ਹੈ ਬਹੁਤ ਨਿੰਦਾ ਕਰਨੇ ਆ ਔਰ ਇਮਰਾਨ ਖਾਨ ਕੋਲ ਪਾਕਿਸਤਾਨ ਦੀ ਗਵਰਨਮੈਂਟ ਕੋਲ ਮੰਗ ਕਰਨੇ ਆ ਕਿ ਉਚਿਤ ਕਾਰਵਾਈ ਕਰੇ ਔਰ ਜਿੰਨੇ ਵੀ ਸਾਡੇ ਭਰਾ ਉੱਥੇ ਰਹਿ ਰਹੇ ਨੇ ਮੈਨੋਰਟੀ ਦੇ ਉਹਨਾਂ ਨੂੰ ਸਕਿਉਰਟੀ ਪ੍ਰੋਵਾਈਡ ਕਰੇ ਤਾਂ ਕਿ ਸੁਰੱਖਿਅਤ ਰਹਿ ਸਕਣ ਬਾਕੀ ਇਹੋ ਹੀ ਕਹਿਣਾ ਚਾਹੂੰਗੀ ਕਿ ਜੋ ਇਹ ਕੰਮ ਹੋਇਆ ਬਹੁਤ ਹੀ ਜ਼ਿਆਦਾ ਨਿੰਦਨੀ ਹੈ मेरा नाम महेश माथुर है मैं रोहनी ब्लॉक कांग्रेस कमेटी का प्रेसिडेंट हूँ जैसे ही हमें पता लगा दोपहर को तो हमारे माननीय अध्यक्ष जो सुभाष चोपड़ा जी हैं पूरी दिल्ली में कांग्रेस युवा सारे टोटल कांग्रेस का मिलकर अभी देखा हिंदू मुस्लिम सिख ईसाई 3 बजे सारे सिख वहाँ खड़े थे और सबने मिलकर निंदा करते हैं पाकिस्तान को शर्म आनी चाहिए जहाँ 550 में पर्व बना के पूरे वर्ल्ड में कह रहे थे कि हम बहुत अच्छे हैं शर्म आनी चाहिए इतनी घिनौनी हरकत करते हुए पूरे देश में उन्होंने उग्रवाद फैलाया खुद अपने देश में आज हालत क्या है पाकिस्तान की कोई उसको सपोर्ट नहीं करता शर्म करनी चाहिए इनको और 71 को भूल गया पाकिस्तान आज शर्म आनी चाहिए मैं तो कहता हूँ मोदी सरकार को कहाँ गया 56 इंच का सीना बताओ है क्या हालत हो रही है कितने नौजवान हमारे मारे गए शहीद हो गए हमारे नौजवान कितने हमारे सिक्कों को सताया जा रहा है वहां पे बताओ है शर्म आनी चाहिए हम निंदा करते हैं इन सब की और हिंदू मुस्लिम सिख ईसाई सब आपस में भाई भाई का नारा कांग्रेस पार्टी ने दिया है हम सब एक हैं और हम सब एकता करते हुए 125 करोड़ हिंदुस्तानी कसम खाते हैं कि हिंदुस्तान दुनिया का सबसे शक्तिशाली था और हमेशा रहेगा ये पूरा देश जानता है पूरी दुनिया जानती है धोनी जी की ਪਾਕਿਸਤਾਨ ਜਿਹੜਾ ਹਮਲਾ ਹੈ ਅਸੀਂ ਪੂਰ ਜ਼ੋਰ ਸ਼ਬਦਾਂ ਨਿੰਦਾ ਕਰਦੇ ਹਾਂ ਔਰ ਜਿਹੜਾ ਪਾਕਿਸਤਾਨ ਦੀ ਸਰਕਾਰ ਹੈ ਉਹਦੇ ਕੋਲ ਡਿਮਾਂਡ ਕਰਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਜੋ ਵੀ ਹੈ ਨਨਕਾਣਾ ਸਾਹਿਬ ਹਮਲਾ ਹੈ ਉਹਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ ਤਾਂ ਕਿ ਲੋਕਾਂ ਦੇ ਵਿੱਚ ਸੰਦੇਹ ਜਾਏ ਕਿ ਪਾਕਿਸਤਾਨ ਦੀ ਸਰਕਾਰ ਇਹਨਾਂ ਮੁੱਠੀ ਭਰ ਬਦਮਾਸ਼ਾਂ ਦੇ ਨਾਲ ਨਹੀਂ ਹੈ ਔਰ ਅਮਨ ਚੈਨ ਚਾਹੁੰਦੀ ਹੈ ਠੀਕ ਹੈ ਜੀ ਧੰਨਵਾਦ ਕਰਦੇ ਹਾਂ ਤੁਸੀਂ ਦੇਖ ਸਕਦੇ ਲਗਾਤਾਰ ਜੋ ਕਿ ਪ੍ਰੋਟੈਸਟ ਜੋ ਇੱਥੇ ਚੱਲਦੇ ਪਏ ਨੇ ਔਰ ਉੱਥੇ ਜੋ ਕਿ ਹੋਰ ਵੀ ਜੋ ਇੱਥੇ ਕੁਝ ਹੋਰ ਵੀ ਜੋ ਕਿ ਲੋਕ ਇੱਥੇ ਮੌਜੂਦ ਨੇ ਜੀ AICC ਤੋਂ ਕੁਲਜੀਤ ਸਿੰਘ ਨਾਗਰਾ ਸਾਹਿਬ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਕੀ ਕਹਿਣਾ ਬੜੀ ਮੰਦਭਾਗੀ ਕਰਨ ਰਹੇ ਹਾਂ ਔਰ ਕੁਛ ਜਿਹੜੇ ਸ਼ਰਾਰਤੀ ਅਨਸਰ ਨੇ ਜਿਹੜੇ ਕਿ ਆਪਣੀ ਜਾਤੀ ਕੋਈ ਰੰਜਿਸ਼ ਜਾਂ ਇਹਦੇ ਪਿੱਛੇ ਜਿਹੜਾ ਕੋਈ ਉੱਥੇ ਕੋਈ ਇਹੋ ਜਿਹਾ ਗਰੁੱਪ ਹੈ ਜਿਹਨੇ ਇਹ ਮਾੜੀ ਘਟਨਾ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਉਹਦੀ ਨਿੰਦਾ ਕਰਦਾ ਹਾਂ ਕਿਉਂਕਿ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿਸੇ ਵੀ ਜਗ੍ਹਾ ਦੇ ਉੱਤੇ ਦੂਸਰੇ ਦੇਸ਼ ਦੇ ਵਿੱਚ ਜਿੱਥੇ ਤੁਹਾਨੂੰ ਲੱਗਦਾ ਹੈਗਾ ਕਿ ਕਿਸੇ ਵੀ ਕਮਿਊਨਿਟੀ ਦੀਆਂ ਕਿਸੇ ਵੀ ਧਰਮ ਦੀਆਂ ਜਿਹੜੀਆਂ ਆਪਣੀਆਂ ਭਾਵਨਾਵਾਂ ਨੇ ਉਹਨਾਂ ਦੇ ਨਾਲ ਖੇਡਿਆ ਜਾਵੇ ਸੋ ਪਾਕਿਸਤਾਨ ਦੀ ਸਰਕਾਰ ਨੂੰ ਇਹਦੇ ਦੇ ਉੱਤੇ ਸਖ਼ਤ ਐਕਸ਼ਨ ਲੈਣਾ ਚਾਹੀਦਾ ਉਹਨੇ ਉਹਨਾਂ ਗੁੰਡੇ ਅਨਸਰਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਔਰ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਇਹ ਕਿਤੇ ਇਹੋ ਜਿਹੀ ਗੱਲ ਨਾ ਹੋਵੇ ਵੀ ਇੱਕ ਇਹੋ ਜਿਹਾ ਵਿਵਾਦ ਖੜਾ ਕਰ ਦਿੱਤਾ ਜਾਵੇ ਜਿਹਦੇ ਨਾਲ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲ੍ਹਣ ਤੋਂ ਬਾਅਦ ਜਿਹੜਾ ਇੱਕ ਬਹੁਤ ਅੱਛਾ ਮਾਹੌਲ ਬਣਿਆ ਸੀਗਾ ਕਿ ਜਿਹੜੀ ਸਿੱਖ ਭਾਈਚਾਰੇ ਦਾ ਅਸੀਂ ਸੋਚਦੇ ਸੀ ਕਿ ਸਾਡੀ ਇੱਕ ਅਰਦਾਸ ਪੂਰੀ ਹੋਈ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਖੁੱਲ੍ਹੇ ਦਰਸ਼ਨ ਦਦਾਰੇ ਕਰਨ ਦਾ ਜਿਹੜਾ ਹੈਗਾ ਆ ਉਹ ਮੌਕਾ ਬਖਸ਼ੋ
ਸੋ ਮੈਂ ਸਮਝਦਾ ਹਾਂ ਕਿ ਜਿਹੜਾ ਵੀ ਉੱਥੋਂ ਦੇ ਪ੍ਰਸ਼ਾਸਨ ਨੇ ਜਿਹਨੇ ਉਸ ਗੱਲ ਨੂੰ ਸੀਰੀਅਸ ਨਹੀਂ ਲਿਆ ਨਨਕਾਣਾ ਸਾਹਿਬ ਦੇ ਪਾਕਿਸਤਾਨ ਸਰਕਾਰ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਉਹਨਾਂ ਅਧਿਕਾਰੀਆਂ ਦੇ ਖਿਲਾਫ਼ ਵੀ ਔਰ ਉਹਨਾਂ ਲੋਕਾਂ ਦੇ ਖਿਲਾਫ਼ ਵੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇੱਕ ਸਖ਼ਤ ਜਿਹੜਾ ਰਵੱਈਆ ਅਪਣਾਉਣਾ ਚਾਹੀਦਾ ਆ ਤਾਂ ਕਿ ਅੱਗੇ ਤੋਂ ਇਹੋ ਜਿਹੀ ਕੋਈ ਘਟਨਾ ਨਾ ਵਾਪਰ ਸਕੇ ਔਰ ਜਿਹੜੇ ਜਿਹੜੀ ਵੀ ਕੋਈ ਉੱਥੇ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ। ਨਾਜਰ ਸਾਹਿਬ ਇੱਕ ਸਵਾਲ ਰਹੇਗਾ ਜੋ ਕਿ ਅੱਜ ਬਹੁਤ ਅੱਛੀ ਗੱਲ ਹੈ ਕਿ ਕਾਂਗਰਸ ਪਾਰਟੀ ਵੱਲੋਂ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਹੈਗਾ ਜੋ ਕਿ ਸਿੱਖਾਂ ਦੇ ਵਿੱਚ ਇੱਕ ਵਾਸਤੇ ਖਾਂ ਦਾ ਨਾਰਾ ਭਰਿਆ ਜਾ ਨਨਕਾਣਾ ਸਾਹਿਬ ਦੇ ਸਥਾਨ ਵਾਸਤੇ ਪਰ ਇੱਥੇ ਇੱਕ ਸਵਾਲ ਹੋਰ ਵੀ ਉੱਠਦਾ ਹੈ ਅੱਜ ਕਿਉਂ ਕਿ ਸਿਰਫ ਐਸੇ ਜੋ ਇਸ ਵਾਰੀ ਜੋ ਕਿ ਪ੍ਰੋਟੈਸਟ ਹੈ ਉਦੋਂ ਹੀ ਕਿਉਂ ਕੀਤਾ ਜਾ ਰਿਹਾ ਕਿ ਜਦ ਦਿੱਲੀ ਦੇ ਵਿੱਚ ਇਲੈਕਸ਼ਨ ਲੜੇ ਨੇ ਇਸ ਤੋਂ ਪਹਿਲੇ ਚਾਰ ਐਸੇ ਗੁਰੂ ਧਾਮ ਨੇ ਜਿਹੜੇ ਕਿ ਜਿਸ ਤਰ੍ਹਾਂ ਕਿ ਹਰਿਦੁਆਰ ਦੇ ਵਿੱਚ ਜੋ ਕਿ ਗੁਰਦੁਆਰਾ ਸਾਹਿਬ ਹੈਗਾ ਗਿਆਨ ਗੋਦੜੀ ਸਾਹਿਬ ਮੰਗੂ ਮੱਠ ਉੜੀਸਾ ਦੇ ਵਿੱਚ ਹੈਗਾ ਉਸ ਤੋਂ ਇਲਾਵਾ ਸਿੱਕਿਮ ਦੇ ਵਿੱਚ ਗੁਰਡਾਂਗ ਮਾਰ ਸਾਹਿਬ ਹੋਰ ਐਸੇ ਕਈ ਐਸੇ ਸਥਾਨ ਨੇ ਜਿਨ੍ਹਾਂ ਨੂੰ ਜਿਹੜਾ ਹੈਗਾ ਕਿ ਧਾਰਾਸ਼ਾਹੀ ਕੀਤਾ ਜਾ ਰਿਹਾ ਹੈਗਾ ਤੋੜਿਆ ਜਾ ਰਿਹਾ ਉਸ ਦੇ ਵਿੱਚ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੀ ਉਹਨਾਂ ਦੇ ਟਵੀਟ ਆਉਂਦੇ ਰਹੇ ਉਹਨਾਂ ਵੱਲੋਂ ਇੱਕ ਵਾਰੀ ਵਫ਼ਦ ਵੀ ਭੇਜਿਆ ਗਿਆ ਪਰ ਉਦੋਂ ਇਹ ਜ਼ੋਰਦਾਰ ਤਰੀਕੇ ਨਾਲ ਪ੍ਰਦਰਸ਼ਨ ਕਿਉਂ ਨਹੀਂ ਕੀਤੇ ਜਾ ਰਹੇ। ਪ੍ਰਦਰਸ਼ਨ ਤਾਂ ਉਦੋਂ ਵੀ ਹੋਏ ਨੇ ਮੈਨੂੰ ਲੱਗਦਾ ਵੀ ਸ਼ਾਇਦ ਜਾਂ ਦਾ ਤੁਹਾਡੇ ਚੈਨਲ ਨੇ ਕਵਰ ਨਹੀਂ ਕੀਤੇ ਜੀ ਨਹੀਂ ਦੱਸਦਾ ਨਾ ਹੋਏ ਨੇ ਮੈਂ ਉਹਨਾਂ ਤੁਹਾਡੇ ਵੱਲੋਂ ਹੋਏ ਆ ਤਾਂ ਮੈਨੂੰ ਦੱਸ ਦਿਓ ਨਹੀਂ ਪ੍ਰਦਰਸ਼ਨ ਹੋਏ ਨੇ ਨਾ ਕਿੰਨਾ ਵੱਡੇ ਪ੍ਰਦਰਸ਼ਨ ਹੋਏ ਆ ਦੱਸ ਦੇ ਵਿੱਚ ਵੀ ਹੋਏ ਇੱਥੇ ਵੀ ਹੋਏ ਤੁਸੀਂ ਕਵਰ ਨਹੀਂ ਕਰ ਸਕੇ ਪ੍ਰਦਰਸ਼ਨ ਉਦੋਂ ਵੀ ਹੋਏ ਨੇ ਔਰ ਖਾਸ ਤੌਰ 'ਤੇ ਕਾਂਗਰਸ ਪਾਰਟੀ ਵੱਲੋਂ ਸਿੱਕਿਮ ਦੇ ਵਿੱਚ ਵੀ ਔਰ ਉੱਥੇ ਆਪਣਾ ਉੱਤਰਾਖੰਡ ਦੇ ਵਿੱਚ ਵੀ ਜਦੋਂ ਵੀ ਕੋਈ ਇਹੋ ਜਿਹੀ ਗੱਲ ਹੋਈ ਹੈ ਪਾਰਟੀ ਵੱਲੋਂ ਮੰਤਰੀ ਭੇਜ ਕੇ ਸਪੈਸ਼ਲ ਡਿਊਟੀਆਂ ਲਗਾ ਕੇ ਔਰ ਤੁਹਾਨੂੰ ਯਾਦ ਹੋਊਗਾ ਵੀ ਉੱਥੇ ਜਾ ਕੇ ਜਿਹੜੀ ਉੱਥੇ ਰੋਕਿਆ ਗਿਆ ਸਿੱਕਿਮ ਦੇ ਵਿੱਚ ਸਾਡੇ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕੋਆਪਰੇਸ਼ਨ ਮੰਤਰੀ ਹੈਗੇ ਨੇ ਉਹ ਉੱਥੇ ਜਾ ਕੇ ਕਈ ਦਿਨ ਰਹਿ ਕੇ ਸਾਡੇ ਕੁਛ MLA ਉੱਥੇ ਜਾ ਕੇ ਪਲੱਸ ਇੱਥੇ ਜਿਹੜਾ ਸੀਗਾ ਉਹਨੂੰ ਬੜੇ ਵੱਡੇ ਲੈਵਲ ਦੇ ਉੱਤੇ ਕੀਤਾ ਗਿਆ BJP ਸਰਕਾਰ ਦੇ ਖਿਲਾਫ਼ ਜਿਹੜਾ ਹੈਗਾ ਆ ਇੱਥੇ ਪ੍ਰਦਰਸ਼ਨ ਅਸੀਂ ਕੀਤਾ ਇੱਥੇ ਰਿਜੈਂਟਮੈਂਟ ਦਿੱਤੀ ਸੋ ਕਿਉਂਕਿ ਇਹ ਦੂਸਰੇ ਦੇਸ਼ ਦੀ ਗੱਲ ਹੈ ਤੁਸੀਂ ਜਿਹੜੀ ਗੱਲ ਕੀਤੀ ਉਹ ਇੰਟਰਨਲ ਗੱਲ ਕਰ ਰਹੇ ਹੋ ਗੱਲ ਕਹਿ ਰਹੇ ਦੂਸਰੇ ਦੇਸ਼ ਵਾਸਤੇ ਤਾਂ ਅਸੀਂ ਪ੍ਰੋਟੈਸਟ ਕਰ ਲੈਂਦੇ ਹਾਂ ਜਦ ਆਪਣੇ ਦੇਸ਼ ਦੇ ਵਿੱਚ ਹੈਗੇ ਉਹਦੇ ਵਾਸਤੇ ਕੀ ਕਾਰਨ ਕੰਮ ਚੱਲ ਰਿਹਾ ਉਹਦੇ ਵਾਸਤੇ ਵੀ ਸਾਰਾ ਉਹਦੇ ਵਾਸਤੇ ਹੀ ਸਾਰੇ ਪਹਿਲਾਂ ਕੀਤਾ ਗਿਆ BJP ਸਰਕਾਰ ਦੇ ਸਾਹਮਣੇ ਸੈਂਟਰ ਦੇ ਵਿੱਚ ਵੀ ਅਤੇ ਦੂਸਰੀਆਂ ਥਾਵਾਂ 'ਤੇ ਵੀ ਜਿੱਥੇ ਜਿੱਥੇ ਵੀ ਇਹੋ ਜਿਹੀ ਕੋਈ ਪ੍ਰੋਬਲਮ ਹੋਈ ਹੈ ਉਹ ਕੋਈ ਇਹ ਨਹੀਂ ਹੈਗਾ ਵੀ ਤੁਸੀਂ ਜਿਹੜੇ ਤਿੰਨ ਗਿਣਾਏ ਇਹਦੇ ਤੋਂ ਬਿਨਾਂ ਵੀ ਬੜਾ ਕੁਛ ਹੋਇਆ ਆ ਸੋ ਇਸ ਕਰਕੇ ਮੈਂ ਇਹ ਕਿਹਾ ਵੀ ਹੈ ਕਿ ਕੈਪਟਨ ਸਾਹਿਬ ਨੇ ਟਵੀਟ ਕੀਤਾ ਵਫ਼ਦ ਵੀ ਭੇਜਿਆ ਭਾਵੇਂ ਮੈਂ ਦੇਖੋ ਜੇ ਸ਼ਿਲੋਂਗ ਦੇ ਵਿੱਚ ਵੀ ਮਸਲਾ ਆਇਆ ਮੈਂ ਉਹਦੀ ਗੱਲ ਨਹੀਂ ਕੀਤੀ ਕਿਉਂਕਿ ਉੱਥੇ ਤੁਸੀਂ ਕੰਮ ਕੀਤਾ ਨਹੀਂ ਤੁਸੀਂ ਇਕੱਲੇ ਸ਼ਿਲੋਂਗ ਦੇ ਵਿੱਚ ਵਫ਼ਦ ਗਿਆ ਤੁਹਾਡਾ ਮੈਂ ਮੰਨਦਾ ਉੱਥੇ ਗਿਆ ਉੱਥੇ ਕੰਮ ਨਹੀਂ ਗਿਆ ਕੰਮ ਵੀ ਹੋਇਆ ਹੈ ਉਹ ਰੁਕਿਆ ਵੀ ਹੈ ਮਤਲਬ ਆਪਾਂ ਇਕੱਲੇ ਟਵੀਟ ਤੱਕ ਸੀਮਤ ਨਾ ਕਰੀਏ ਉਹਨੂੰ ਸਿਰੇ ਤੱਕ ਲਾਇਆ ਆ ਔਰ ਜਿਹੜੇ ਉੱਥੇ ਜਿਸ ਤਰੀਕੇ ਦੇ ਨਾਲ ਉੱਥੇ ਸਖ਼ਤ ਸਟੈਂਡ ਲਿਆ ਗਿਆ ਹੈ ਉਸੇ ਕਰਕੇ ਹੀ ਉਹ ਕੰਮ ਹੋਇਆ ਆ ਔਰ ਜਦੋਂ ਵੀ ਕਿਤੇ ਕੋਈ ਵੀ ਦੇਖੋ ਗੱਲ ਇਹ ਹੈ ਇੱਥੇ ਇਹ ਉੱਥੇ ਸੀਗੀਆਂ ਸੂਬਿਆਂ ਦੀ ਗੱਲ ਇੱਥੇ ਹੈਗੀ ਹੈ ਦੇਸ਼ਾਂ ਦੀ ਗੱਲ ਅਤੇ ਦੇਸ਼ਾਂ ਦੀ ਗੱਲ ਫਿਰ ਅੰਬੈਸੀਆਂ ਸਾਹਮਣੇ ਹੀ ਹੋ ਸਕਦੀ ਹੈ ਕਿਸ ਤਰ੍ਹਾਂ ਸੋਲਿਊਸ਼ਨ ਹੋ ਸਕਦਾ ਕਿਉਂਕਿ 350-400 ਸਿੱਖ ਪਰਿਵਾਰ ਹੈਗੇ ਆਪਾਂ ਉਸ ਗੱਲ ਨੂੰ ਛੱਡ ਦਿੰਦੇ ਹਾਂ 350-400 ਸਿੱਖ ਪਰਿਵਾਰ ਹੈਗੇ ਆ ਤੁਹਾਡੀ ਕੀ ਮੰਗ ਹੈਗੀ ਆ ਤੁਸੀਂ ਅੰਬੈਸੀ ਵੱਲ ਨੂੰ ਕੂਚ ਕਰ ਰਹੇ ਹੋ ਬੈਰੀਕੇਸ਼ਨ ਕੀਤੀ ਹੋਈ ਹੈ ਕਿਸ ਤਰੀਕੇ ਇਸ ਮੁੱਦੇ ਨੂੰ ਸੁਲਝਾਇਆ ਜਾ ਸਕਦਾ ਗੱਲ ਇਹ ਹੈ ਕਿ ਇਹ ਇੱਕ ਪ੍ਰੋਟੈਸਟ ਹੁੰਦਾ ਆ ਹਮੇਸ਼ਾ ਹੀ ਕੋਈ ਇਹਦੇ ਵਿੱਚ ਕਿਉਂਕਿ ਪ੍ਰੋਟੈਸਟ ਦਾ ਮਤਲਬ ਇਹ ਹੁੰਦਾ ਹੈ ਆਪਣੀਆਂ ਜਿਹੜੀਆਂ ਤੁਹਾਡੀਆਂ ਭਾਵਨਾਵਾਂ ਨੇ ਉਹਨਾਂ ਨੂੰ ਉੱਥੋਂ ਤੱਕ ਪਹੁੰਚਾਉਣ ਦਾ ਤੁਸੀਂ ਮੀਡੀਆ ਤੁਸੀਂ ਮੀਡੀਆ ਵਾਲੇ ਹੋ ਤਾਂ ਜਦੋਂ ਤੁਹਾਡੇ ਇਹ ਚੈਨਲ ਦੇ ਉੱਤੇ ਸਾਰੀ ਚੀਜ਼ ਚੱਲਣੀ ਹੈ ਸਾਰੀ ਦੁਨੀਆ ਦੇ ਵਿੱਚ ਜਾਣਾ ਤੁਸੀਂ ਇਸ ਗੱਲ ਦਾ ਸੁਨੇਹਾ ਦੇਣਾ ਤੁਸੀਂ ਅੱਜ ਕੀ ਮੰਗ ਅਸੀਂ ਇਹੀ ਮੰਗ ਕਰਦੇ ਹਾਂ ਕਿ ਪਹਿਲੀ ਗੱਲ ਤਾਂ ਇਹ ਜਿੰਨੇ ਵੀ ਗੁਰਧਾਮ ਸਾਡੇ ਪਾਕਿਸਤਾਨ ਦੇ ਵਿੱਚ ਹੈਗੇ ਨੇ ਜਾਂ ਕਿਤੇ ਵੀ ਹੈਗੇ ਨੇ ਦੁਨੀਆ ਦੇ ਵਿੱਚ ਉਹਨਾਂ ਗੁਰਧਾਮਾਂ ਦੀ ਇੱਕ ਜਿਹੜੀ ਹੈਗੀ ਹੈ ਸੁਰੱਖਿਆ ਔਰ ਉਹਨਾਂ ਦਾ ਜਿਹੜਾ ਉੱਥੇ ਦਾ ਜਿਹੜੀ ਮਰਿਆਦਾ ਆ ਉਹ ਭੰਗ ਨਹੀਂ ਹੋਣੀ ਚਾਹੀਦੀ ਨੰਬਰ 1 ਨੰਬਰ 2 ਜਿੰਨੇ ਵੀ ਉੱਥੇ ਸਿੱਖ ਜਾਂ ਹਿੰਦੂ ਜਾਂ ਜਿਹੜੀਆਂ ਵੀ ਹੋਰ ਕਮਿਊਨਿਟੀਜ਼ ਨੇ ਚਾਹੇ ਉਹ ਜੈਨੀ ਨੇ ਚਾਹੇ ਪਾਰਸੀ ਨੇ ਚਾਹੇ ਕੋਈ ਕ੍ਰਿਸ਼ਚਨ ਆ ਜਿੰਨਾ ਵੀ ਕਿਸੇ ਵੀ ਦੇਸ਼ ਦੇ ਵਿੱਚ ਕੋਈ ਵੀ ਮਨਿਓਰਟੀ ਰਹਿੰਦੀ ਹੈਗੀ ਕਿਸੇ ਵੀ ਦੇਸ਼ ਦੇ ਵਿੱਚ ਉਹਦੀ ਜਿਹੜੀ ਹੈਗੀ ਹੈ ਉਹਦੇ ਪ੍ਰਤੀ ਜਿਹੜੀ ਉਸ ਦੇਸ਼ ਦੀ ਸਰਕਾਰ ਦੀ ਜਿਹੜੀ ਭਾਵਨਾ ਹੈਗੀ ਹੈ ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਉਹ ਇਹ ਅਸੁਰੱਖਿਅਤ ਮਹਿਸੂਸ ਨਾ ਕਰੇ ਔਰ ਇਹ ਜਿਹੜਾ ਹੈਗਾ ਆ ਇਹ ਸਾਰੀ ਦੁਨੀਆ 'ਤੇ ਲਾਗੂ ਹੋਣਾ ਚਾਹੀਦਾ ਆ ਸੋ ਇਸ ਕਰਕੇ ਪਾਕਿਸਤਾਨ ਦੀ ਸਰਕਾਰ ਨੂੰ ਖਾਸ ਤੌਰ 'ਤੇ ਕਿਉਂਕਿ ਉੱਥੇ ਧਰਮ ਦੇ ਨਾਂ ਦੇ ਉੱਤੇ ਦੇਸ਼ ਬਣਿਆ ਹੋਇਆ ਆ ਉਹਨਾਂ ਦੀ ਖਾਸ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੂਜੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਜਿੰਨੇ ਵੀ ਚਾਹੇ ਉੱਥੇ 300-400 ਸਿੱਖ ਪਰਿਵਾਰ ਨੇ ਚਾਹੇ ਕੋਈ ਹਿੰਦੂ ਪਰਿਵਾਰ ਨੇ ਜਾਂ ਕੋਈ ਹੋਰ ਧਰਮ ਦਾ ਪਰਿਵਾਰ ਹੈ ਉਹਨਾਂ ਦੀ ਸੁਰੱਖਿਆ ਵੀ ਕਰੇ ਰੱਖਿਆ ਵੀ ਕਰੇ ਔਰ ਉਹਨਾਂ ਦਾ ਉੱਥੋਂ ਦੀ ਸਰਕਾਰ ਦੇ ਵਿੱਚ ਵਿਸ਼ਵਾਸ
ਬਹੁਤ ਬਹੁਤ ਧੰਨਵਾਦ ਕਰਨ ਆਗਰਾ ਸਾਹਿਬ, ਬਹੁਤ ਵਧੀਆ ਔਰ ਸੋਹਣੀਆ ਔਰ ਬੜੇ ਵਧੀਆ ਤਰੀਕੇ ਨਾਲ ਤੁਸੀਂ ਬੇਬਾਕੀ ਨਾਲ ਜਵਾਬ ਦਿੱਤੇ ਹੈਗਾ। ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਪ੍ਰੋਟੈਸਟ ਜੋ ਇੱਥੇ ਚੱਲਦੇ ਪਏ ਨੇ ਉਸਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਕਾਂਗਰਸ ਕਮੇਟੀ ਵੱਲੋਂ ਜੋ ਕਿ ਦਿੱਲੀ ਵੱਲੋਂ ਵੀ ਹੋਰ ਬਾਕੀ ਹੋਰ ਜੋ ਕਿ ਟੀਮਾਂ ਵੱਲੋਂ ਵੀ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ, ਤੁਹਾਨੂੰ ਉਹਦੇ ਨਾਲ ਜੋੜਦੇ ਪਏ ਸੰਗਤ। मैं आदेश भारद्वाज मुराड़ी विधानसभा से हूं। आज दिल्ली प्रदेश कांग्रेस कमेटी पाकिस्तान की घोर निंदा करती है और ननकाना साहिब के ऊपर जिस तरह से वहां पे सिख भाइयों के साथ इस तरह का अत्याचार किया, हम उसकी घोर निंदा करते हैं और उसी के विरोध में आज पाकिस्तान की एम्बेसी पे यहां पे धरना रखा है। यही आज हमारा मोटिव था और हम पाकिस्तान को खुला चैलेंज करते हैं कि इस तरह से सिखों के साथ किसी भी तरह की कुबरता वहाँ पे वो नहीं की जा सकती। जो अलका लांबा जी साढ़े नाल मौजूद ने, आओ उन्होंने नाल गलबात करते हैं। अलका लांबा जी स्वागत करते हैं ताड़ा अकाल चैनल ते। की कहना चाहोगे जो ननकाना साहब दे और पाकिस्तान के रहने वाले पंजाबियों का जो कि उत्थे इनसिक्योर फील करते पे है, जबरन धर्म परिवर्तन किया जा रहा है, इस बारे की? देखो जी, बहुत ही दुर्भाग्यपूर्ण गल हैगी कि पाकिस्तानी जो घटना हुई है वो बिल्कुल नहीं होनी चाहिए सी, अगे ना होए यह गल सुनिश्चित करने वास्ते अज दिल्ली प्रदेश कांग्रेस के अध्यक्ष सुभाष चोपड़ा जी के नेतृत्व तीन मूर्ति तो असी पाकिस्तान दूतावास तक मार्च किया है। साड़ी कोशिश है कि पाकिस्तान के जोड़े राजदूत हैं उन्होंने माध्यम तो यह गल पाकिस्तान की सरकार, पाकिस्तान के प्रधानमंत्री वजीर आजम इमरान खान तक गल पहुँचा दी जाए कि साड़ी सिख संगत जी उत्थे बैठी है उन्होंने पूरी तरह तुसी तुहानूं सुरक्षा देनी होएगी। जेडे लोगों ने हरकत की है उन्होंने उपर सख्त कार्रवाई करके यह सुनिश्चित करो कि अगे घटना बिल्कुल नहीं होएगी। असी लोग सी, असी संगत सी, साड़ी सिख संगत हिंदुस्तान जी और देश पूरा, मैं हिंदू हाँ, लेकिन सब ने थोड़ा शुक्रिया किया पाकिस्तान की आवाम का जो 550 गुरु नानक साहब जी के जन्मदिन से मनाए तुसी सिख संगत वास्ते अपने दरवाजे गुरु नानक ननकाना साहब के खोले, असी थोड़ा शुक्रिया किया है ना। अज दुख हो रहा है देखकर कि चंद मुठ्ठी भर जोड़े लोग हैं जोड़े गुंडे हैं दंगाई हैं वो पत्थर लैके साढ़े गुरु घर के तरफ उछाल रहे हैं। साड़ी उत्थे दी सिख संगत जी अल्पसंख्यक हैगी है उन्होंने तुसी असुरक्षित महसूस करा रहे हैं। उम्मीद की जा रही थी कि देश के प्रधानमंत्री अल्पसंख्या की गल करोगे तो तुसी देखो डॉक्टर मनमोहन सिंह जी 10 साल देश के प्रधानमंत्री रहे, किसी तरह का किसी भी अल्पसंख्यक ने इस देश दे विच या बाहर असुरक्षित महसूस नहीं कराया। उन्होंने देश की अर्थव्यवस्था भी बहुत वधदी चल रही थी, अज देश जी सरकार आ चुकी जो खुद एवजी हरकत कर रही है, जो कानून लिया रही है जी संविधान के खिलाफ है, जेडे बिल्कुल मैं कहनी काला कानून है, जेडे अल्पसंख्यकों टारगेट कर करके लियाया जा रहा है। मोहन भागवत तक कहते हैं कि देश में सारे जो 130-135 करोड़ है वो सारे हिंदू है ना जी। एवजी जो तुम गल करोगे है ना तो बहुत वड्डा देश है ना, सारा विश्व देखता है भारत की तरफ। भारत ने अज तक बड़े उदाहरण अच्छे पेश किए हैं विश्व के सामने, अज की सरकार की उदाहरण पेश कर रही है। मैं नहीं मनने तैयार कि तुसी हिंदू हो, मैं बिल्कुल यह गल मनांगी कि तुसी सिख हो। ए मेरी भैन जी खड़ी से मुस्लिम है, ठीक है मेरे परा है, ए मुस्लिम मनना है, तुसी सिखो मनना है, मैं हिंदू मनना है, असी सारिया नू साड़ी बोली अलग है, साड़ा पहनावा अलग है, साड़ी भाषा एदा सम्मान करना सिखो। तुसी अपना एक एजेंडा थोपोगे इस देश दे उपर कि यह हिंदू राष्ट्र बनेगा सारे हिंदू ने, यह गल्ला करके तुसी बड़ा वड्डा देश साड़ी तरफ देखते हैं, फिर उही हरकत वो साढ़े आड़ विच करन लग जाते हैं और कहते जी इत्थे होया उत्थे होया। तुसी पाकिस्तान पाकिस्तान करते रहते हो मोदी जी, साढ़े जवान 350 RDX ने उड़ा दिते गए, तुहानूं पता ही नहीं लग्या पुलवामा विच क्यों, तुसी जिम कॉर्बेट की शूटिंग विच बिजी सी, तुहानूं पता नहीं लग्या तुहाडा कसूर नहीं है। फिर कुछ होया तो तुसी अपने मोम के पुतलियां के डिजाइन दे रहे सी, फिर पता लग्या तुसी 10 लाख के सूट का डिजाइन दे रहे सी, फिर पता लगता है कुछ घटना हुई कि तुसी ते अपना चुनावी जनसभा विच भाषण विच बिजी हो, झारखंड पूछ रहे इन्हां दे कपड़िया तो पहचानो इन्हां नूं, यह सब चीज़ों व्यस्त सी। इस वजह से तुहानूं शायद पता ही नहीं लगे कि गुरु नानक ननकाना देव साहब भी कुछ होया है, इस वजह से शायद पता नहीं इस बार कितने व्यस्त ने, उन्हें पता लग जाएगा थोड़े टाइम बाद, लेकिन इस वजह से अजे तक एक भी ट्वीट नहीं आया प्रधानमंत्री नरेंद्र मोदी जी, एक बारी भी तुसी अजे तक पाकिस्तान के प्रधानमंत्री नाल इमरान
ਖਾਨ ਨਾਲ ਗੱਲ ਨਹੀਂ ਕੀਤੀ, ਕੌਣ ਰੋਕ ਰਿਹਾ ਤੁਹਾਨੂੰ? ਤੁਸੀਂ ਅਜੇ ਤੱਕ ਪਾਕਿਸਤਾਨ ਦੇ ਰਾਜਦੂਤ ਨੂੰ ਤਲਬ ਤੁਹਾਡੇ ਵਿਦੇਸ਼ ਮੰਤਰਾਲੇ ਨੇ ਕਰਕੇ ਕਿਉਂ ਨਹੀਂ ਉਹਨਾਂ ਨੂੰ ਇਹ ਕੱਲ੍ਹ ਦਾ ਸੰਦੇਸ਼ ਪਾਕਿਸਤਾਨ ਦੀ ਸਰਕਾਰ ਤੱਕ ਪਹੁੰਚਾ ਦਿੱਤਾ ਕਿ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ? ਸਾਡੇ ਸਿੱਖ ਸੰਗਤ ਅਲਪਸੰਖਿਅਕ ਜਿਹੜੇ ਭਰਾ ਭੈਣ ਉੱਥੇ ਹੈਗੇ ਉਹਨਾਂ ਨੂੰ ਪੂਰੀ ਤਰ੍ਹਾਂ ਸੇ ਸੁਰੱਖਿਆ ਦਿਓ ਔਰ ਸੁਨਿਸ਼ਚਿਤ ਕਰੋ ਅੱਗੋਂ ਤੋਂ ਨਹੀਂ ਹੋਏਗਾ। ਕਿੱਥੇ ਬਿਜ਼ੀ ਹੋ ਹੁਣ? ਮੈਨੂੰ ਇਵੇਂ ਲੱਗਦਾ ਬਹੁਤ ਲੋਕ ਚਰਚਾ ਵੀ ਹੋ ਰਹੀ ਸੀ, ਅਸੀਂ ਪੁੱਛ ਰਹੇ ਸੀ ਕਿ ਪ੍ਰਧਾਨ ਮੰਤਰੀ ਜੀ ਨੂੰ ਕੋਈ ਰੋਕ ਰਿਹਾ ਹੋਏਗਾ ਫੋਨ ਕਰਨ ਤੋਂ, ਪਾਕਿਸਤਾਨ ਦੇ ਰਾਜਦੂਤ ਨੂੰ ਤਲਬ ਕਰਨ ਤੋਂ। ਲੋਕਾਂ ਨੇ ਕਿਹਾ ਲੱਗਦਾ ਤੇ ਹੈ ਰੋਕ ਤੇ ਨਹੀਂ ਰਿਹਾ ਹੋਏਗਾ, ਉਹ ਕਿਹੜੀ ਜ਼ਬਾਨ ਨਾਲ ਕਿਹੜੇ ਮੂੰਹ ਨਾਲ ਗੱਲ ਕਰਨਗੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ, ਕਿਉਂਕਿ ਉਹਨਾਂ ਦੀ ਖੁਦ ਦੀ ਆਪਣੀ ਸਰਕਾਰ ਹਿੰਦੁਸਤਾਨ ਦੇ ਵਿੱਚ ਐਸਾ ਕਾਲਾ ਕਾਨੂੰਨ ਲਿਆਈ ਹੈ, ਐਸਾ ਨਾਗਰਿਕਤਾ ਕਾਨੂੰਨ ਲਿਆਈ ਹੈ ਜਿਹੜਾ ਸੰਵਿਧਾਨ ਦੇ ਖਿਲਾਫ ਹੈ, ਜੋ ਇੱਕ ਧਰਮ ਨੂੰ ਅਲਪਸੰਖਿਅਕਾਂ ਨੂੰ ਟਾਰਗੇਟ ਕਰਕੇ ਲਿਆਏ, ਤੇ ਪ੍ਰਧਾਨ ਮੰਤਰੀ ਜੀ ਕਿਹੜੇ ਮੂੰਹ ਨਾਲ ਪਾਕਿਸਤਾਨ ਦਾ ਗੱਲ ਕਰਨਗੇ? ਸ਼ਾਇਦ ਉਹ ਇੱਕ ਕਾਰਨ ਸਾਨੂੰ ਲੱਗ ਰਿਹਾ ਸਾਡੀ ਚਰਚਾ ਹੋਈ ਹੋ ਸਕਦਾ ਹੈਗਾ, ਜਿਹੜਾ ਪ੍ਰਧਾਨ ਮੰਤਰੀ ਨੂੰ ਗੱਲ ਕਰਨ ਤੋਂ ਰੋਕ ਰਿਹਾ ਹੈ, ਉਹਨਾਂ ਨੂੰ ਰੋਕ ਰਿਹਾ ਹੋਏ ਔਰ ਉਹਨਾਂ ਨੇ ਕੀਤੀ ਵੀ ਨਹੀਂ ਅਜੇ ਤੱਕ। ਲੇਕਿਨ ਕਾਂਗਰਸ ਅਲਪਸੰਖਿਅਕ ਹਿੰਦੁਸਤਾਨ ਦਾ ਹੋਏ, ਅਲਪਸੰਖਿਅਕ ਪਾਕਿਸਤਾਨ ਦੇਸ਼ ਦਾ ਕਿੱਥੇ ਵੀ ਹੋਏ, ਅਸੀਂ ਅਲਪਸੰਖਿਅਕਾਂ ਨੂੰ ਪੂਰੀ ਤਰ੍ਹਾਂ ਸੁਰੱਖਿਆ ਦੇਣ ਵਾਸਤੇ ਅਸੀਂ ਵਚਨਬੰਧ ਆ, ਸਾਡੀ ਸਰਕਾਰਾਂ ਨੇ ਦਿੱਤੀ ਹੈਗੀ ਹੈ। ਅੱਜ ਮੈਂ ਹੁਣੇ ਦੇਖਿਆ ਕਾਂਗਰਸ ਨੇ ਕੌਲ ਲਿੱਤੀ, ਪਤਾ ਲੱਗਦਿਆਂ ਨਾਲ ਹੀ ਚੰਦ ਮੁੱਠੀ ਪਰ ਭਾਜਪਾਈ ਝੰਡੇ ਲੈ ਕੇ ਪਹੁੰਚ ਗਏ। ਸਾਨੂੰ ਸਮਝ ਨਹੀਂ ਆਈ ਭਈਆ ਕੋਈ ਕੰਪੀਟੀਸ਼ਨ ਚੱਲ ਰਿਹਾ ਇੱਥੇ ਕਿ ਪਹਿਲੇ ਕਾਂਗਰਸ ਆਈ ਤਾਂ ਤੁਸੀਂ ਆ ਗਏ? ਕਾਂਗਰਸ ਇੱਥੇ ਕਿਉਂ ਹੋਈ? ਕਿਉਂਕਿ ਕਾਂਗਰਸ ਸੱਤਾ ਨਹੀਂ ਵਿਪਕਸ਼ ਵਿੱਚ ਹੈ, ਕਾਂਗਰਸ ਸੱਤਾ ਨਹੀਂ ਵਿਪਕਸ਼ ਵਿੱਚ ਹੈ। ਕਾਂਗਰਸ ਦਾ ਪ੍ਰਧਾਨ ਮੰਤਰੀ ਹੁੰਦਾ, ਕਾਂਗਰਸ ਦਾ ਵਿਦੇਸ਼ ਮੰਤਰੀ ਹੁੰਦਾ, ਅਲਕਾ ਲਾਂਬਾ ਕਾਂਗਰਸ ਇੱਥੇ ਨਹੀਂ ਹੁੰਦੇ, ਅਸੀਂ ਕਿੱਥੇ ਹੁੰਦੇ? ਆਪਣੇ ਪ੍ਰਧਾਨ ਮੰਤਰੀ ਕੋਲ ਮੰਗ ਕਰ ਰਹੇ ਹੁੰਦੇ, ਹਨਾ? ਇੱਥੇ ਕਿਹਨੂੰ ਪੁੱਛਣ ਆਏ ਭਾਜਪਾ ਵਾਲੇ, ਹਨਾ? ਤੇ ਆਪਣੇ ਪ੍ਰਧਾਨ ਮੰਤਰੀ ਆਪਣੇ ਵਿਦੇਸ਼ ਮੰਤਰੀ ਦੇ ਉੱਪਰ ਦਬਾਅ ਬਣਾਇਆ ਹੁੰਦਾ ਕਿ ਪਾਕਿਸਤਾਨ ਨਾਲ ਗੱਲ ਕਰੋ, ਪਾਕਿਸਤਾਨ ਦੇ ਰਾਜਦੂਤ ਨੂੰ ਤਲਬ ਕਰੋ, ਸਮਝ ਆਉਂਦਾ ਹੈ, ਹਨਾ? ਲੇਕਿਨ ਤੁਸੀਂ ਖੁਦ ਝੰਡੇ ਲੈ ਕੇ ਇੱਥੇ ਪਹੁੰਚ ਗਏ ਭਾਜਪਾਈ, ਕੰਪੀਟੀਸ਼ਨ ਨਹੀਂ ਉਹਨਾਂ ਕੋਲ, 56 ਇੰਚ ਦਾ ਸੀਨਾ ਦਿਖਾਉਣ, ਅੱਖਾਂ ਲਾਲ ਕਰਨ, ਟਾਈਮ ਆ ਗਿਆ ਹੈਗਾ, ਬਹੁਤ ਹੋ ਗਿਆ ਹੈਗਾ, ਠੀਕ ਹੈ ਨਾ? ਇਨਫ ਇਜ਼ ਇਨਫ, ਦੇਸ਼ ਦੀ ਅਰਥ ਵਿਵਸਥਾ ਚਰਮਰਾ ਗਈ, ਸਭ ਕੁਝ ਬਰਬਾਦ ਹੋ ਗਿਆ, ਤੁਸੀਂ ਇਹੋ ਜਿਹੇ ਮੁੱਦੇ ਲੈ ਕੇ ਅੱਜ ਪਾਕਿਸਤਾਨ, ਤੁਸੀਂ ਅਮਰੀਕਾ ਦੀ ਗੱਲ ਕਰੋ ਨਾ ਚਾਈਨਾ ਦੀ ਗੱਲ ਕਰੋ, ਹਿੰਦੁਸਤਾਨ ਦੀ ਤੁਲਨਾ ਪਾਕਿਸਤਾਨ ਨਾਲ ਨਹੀਂ ਅੱਜ ਦੀ ਤਾਰੀਖ ਵਿੱਚ, ਅੱਜ ਉਹਨਾਂ ਦੀ ਅਰਥ ਵਿਵਸਥਾ ਸਾਡੇ ਤੋਂ ਬਿਹਤਰ ਹੈ, ਅੱਜ ਭੁੱਖਮਰੀ ਦੇ ਆਂਕੜਿਆਂ ਵਿੱਚ ਪਾਕਿਸਤਾਨ, ਬਾਂਗਲਾਦੇਸ਼, ਨੇਪਾਲ ਸਾਡੇ ਤੋਂ ਬਿਹਤਰ ਹੈਗਾ, ਅੱਜ ਕੀ ਤੁਸੀਂ ਚਿਹਰਾ ਦਿਖਾ ਰਹੇ ਹੋ? ਧਾਰਮਿਕ ਉਨਮਾਦ ਫੈਲਾ ਰਹੇ ਹੋ, ਗਲਤ ਕਰ ਰਹੇ ਹੋ, ਅਸੀਂ ਵਿਰੋਧ ਕਰਾਂਗੇ। ਧੰਨਵਾਦ ਕਰਦੇ ਹਾਂ ਜੀ। ਅਲਕਾ ਲਾਂਬਾ ਸਾਡੇ ਨਾਲ ਮੌਜੂਦ ਸੀਗੇ, ਲਗਾਤਾਰ ਤੁਸੀਂ ਦੇਖਿਆ ਕਿ ਤੀਨ ਮੂਰਤੀ ਮਾਰਗ ਤੇ ਸਵੇਰ ਤੋਂ ਹੀ ਅਸੀਂ ਡਟੇ ਹੋਏ ਹਾਂ ਔਰ ਹਜੇ ਵੀ ਤੁਸੀਂ ਦੇਖੋਗੇ ਹਜੇ ਵੀ ਜਿਹੜਾ ਲਗਾਤਾਰ ਇੱਥੇ ਪ੍ਰੋਟੈਸਟ ਜਿਹੜੇ ਹੈਗੇ ਰੁਕਦੇ ਨਹੀਂ ਪਏ ਹੈਗੇ, ਭਾਵੇਂ ਲੋਕ ਲਗਾਤਾਰ ਭਾਵੇਂ ਕਿਸੇ ਵੀ ਪਾਰਟੀ ਤੋਂ ਹੋਣ, ਕਿਸੇ ਵੀ ਜਥੇਬੰਦੀ ਤੋਂ, ਸਾਰੇ ਇੱਥੇ ਆ ਰਹੇ ਹੈਗੇ ਆ, ਲਾਗੇ ਇੱਥੇ ਆ ਕੇ ਸਾਰੇ ਇੱਥੇ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈਗੀ ਹੈ। ਤੁਸੀਂ ਦੇਖ ਸਕਦੇ ਹੋ ਲਗਾਤਾਰ ਇੱਥੇ ਤ੍ਰੀਨ ਮੂਰਤੀ ਮਾਰਗ ਤੋਂ ਸਵੇਰ ਤੋਂ ਹੀ ਜਿਹੜਾ ਹੈਗਾ ਇੱਥੇ ਤਾਰਾ 144 ਲਗਾਈ ਗਈ ਹੈਗੀ ਹੈ, ਸਵੇਰ ਤੋਂ ਲਗਾਤਾਰ ਪ੍ਰੋਟੈਸਟ ਚੱਲਦੇ ਪਏ ਨੇ, ਪਹਿਲੇ ਅਲੱਗ ਲੋਕਾਂ ਤੇ ਅਲੱਗ ਅਲੱਗ ਤਰੀਕੇ ਨਾਲ ਇੱਥੇ ਪ੍ਰੋਟੈਸਟ ਕੀਤੇ ਜਾ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਸਾਡੇ ਨਾਲ ਜੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਸੁਭਾਸ਼ ਚੋਪੜਾ ਜੀ ਜਿਹੜੇ ਕਾਂਗਰਸ ਦੇ ਜਿਹੜੇ ਅਧਿਆਕਸ਼ ਨੇ ਇਸ ਸਮੇਂ ਪਾਰਟੀ ਦੇ, ਉਹ ਇਸ ਟਾਈਮ ਇੱਥੇ ਮੌਜੂਦ ਨੇ, ਉਹਨਾਂ ਨਾਲ ਗੱਲ ਕਰਾਂਗੇ। ਸਰ, ਕਿਆ ਕਹਿਣਾ ਚਾਹੇਂਗੇ ਅੱਜ ਪ੍ਰੋਟੈਸਟ ਕੀ ਹੈ ਮੇਜਰ ਸਾਹਿਬ? ਜਿਸ ਤਰ੍ਹਾਂ ਸਾਡੇ ਗੁਰੂ ਦੀ ਪਵਿੱਤਰ ਧਰਤੀ ਦੇ ਉੱਤੇ ਪਥਰਾਵ ਹੋਇਆ, ਮੈਂ ਉਹਦੀ ਗੋਰ ਨਿੰਦਾ ਕਰਨਾ ਔਰ ਚਿਤਾਨੇ ਆਇਆ ਪਾਕਿਸਤਾਨ ਅੰਬੈਸੀ ਦੇ ਬਾਹਰ ਡਿਮਾਂਡ ਕਰਕੇ ਕਿ ਪਾਕਿਸਤਾਨ ਗੌਰਮੈਂਟ ਉਹਨਾਂ ਸਭ ਲੋਕਾਂ ਨੇ ਜਿਨ੍ਹਾਂ ਨੇ ਪਥਰਾਵਬਾਜ਼ੀ ਕੀਤੀ ਹੈ ਉਹਨਾਂ ਦੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਪਏਗੀ, ਵਰਨਾ ਅਸੀਂ ਸਮਝਾਂ ਕਿ ਪਾਕਿਸਤਾਨ ਗੌਰਮੈਂਟ ਪੂਰੀ ਤਰ੍ਹਾਂ ਇਨਵਾਲਵ ਹੈ। ਅਸੀਂ ਚਿਤਾਨ ਆਇਆ ਪਾਕਿਸਤਾਨ ਗੌਰਮੈਂਟ ਕੋਲ, ਜਿਹੜੇ ਸਾਡੇ ਪਵਿੱਤਰ ਜਗ੍ਹਾ ਦੇ ਉੱਤੇ ਜਿਹੜਾ ਵੀ ਦੁਰਵਿਵਹਾਰ ਕਰੇਗੀ, ਅਸੀਂ ਗੁਰੂ ਦੇ ਬੱਚੇ ਹਾਂ, ਸਾਡੀ ਸਾਸ ਵੀ ਸਾਡਾ ਗੁਰੂ ਹੈ, ਉਹਦੇ ਵਾਸਤੇ ਸਾਨੂੰ ਆਪਣੇ ਜੀਵਨ ਦਾ ਵੀ ਬਦਲਾਅ ਲੈਣਾ ਪੜਿਆ, ਅਸੀਂ ਉਹਦੇ ਵਾਸਤੇ ਵੀ ਪਿੱਛੇ ਨਹੀਂ ਹਟਾਂਗੇ। ਧੰਨਵਾਦ ਕਰਦੇ ਹਾਂ ਸੁਭਾਸ਼ ਚੋਪੜਾ, ਜੋ ਕਿ ਦਿੱਲੀ ਪ੍ਰਦੇਸ਼ ਦੇ ਕਾਂਗਰਸ ਕਮੇਟੀ ਦੇ ਜੋ ਪ੍ਰੈਜ਼ੀਡੈਂਟ ਨੇ, ਕਾਂਗਰਸ ਦੇ ਜੋ ਪ੍ਰੈਜ਼ੀਡੈਂਟ ਨੇ ਦਿੱਲੀ ਦੇ, ਉਹਨਾਂ ਵੱਲੋਂ ਵੀ ਇੱਥੇ ਜੋ ਕਿ ਰੈਲੀ ਕਾਲ ਕੀਤੀ ਗਈ ਸੀਗੀ ਉਹਦੇ ਨਾਲ ਅਸੀਂ ਤੁਹਾਨੂੰ ਜੋੜ ਰਹੇ ਸੀਗੇ। ਅਮਨਦੀਪ ਸਿੰਘ ਸੂਦਨ ਸਾਡੇ ਨਾਲ ਮੌਜੂਦ ਨੇ, ਉਹ ਵੀਰ ਜੀ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰੀਕੇ ਨਾਲ ਇਮਰਾਨ ਖਾਨ ਜੀ, ਮੈਂ ਇੱਕੋ ਗੱਲ ਕਹਿਣਾ ਚਾਹੁੰਦਾ, ਇਮਰਾਨ ਖਾਨ ਜੀ ਜਿਸ ਤਰ੍ਹਾਂ ਤੁਸੀਂ 550ਵੇਂ ਗੁਰਪੁਰਬ ਗੁਰੂ ਨਾਨਕ ਦੇਵ ਜੀ ਦੇ ਉੱਤੇ ਇੰਨਾ ਉਪਰਾਲਾ ਕੀਤਾ ਸੀਗਾ, ਇੰਨਾ ਜ਼ਿਆਦਾ ਉਸ 'ਤੇ ਬਦੋਬਸਤ ਕੀਤਾ ਸੀ, ਸਿੱਖ ਸੰਗਤ ਜਿਹੜੀ ਆ ਉਹ ਗਦਗਦ ਹੋਈ ਸੀ, ਤੁਹਾਨੂੰ ਬਹੁਤ ਅਸੀਸਾਂ ਮਿਲੀਆਂ ਸੀ, ਉਹਦੇ ਬਾਅਦ ਹੁਣ ਜੋ ਹੋਇਆ ਉਹ ਉਨਾ ਹੀ ਸ਼ਰਮਨਾਕ ਹੈ, ਉਸ ਤੋਂ ਕਈ ਗੁਣਾ ਜ਼ਿਆਦਾ ਸ਼ਰਮਨਾਕ ਹੈ ਜੋ ਘਟਨਾ ਤੁਸੀਂ ਇਹਨੂੰ ਬਚਾ ਨਹੀਂ ਸਕੇ। ਹੁਣ ਮੈਂ ਕਹਿਣਾ ਇਹ ਚਾਹੁੰਦਾ ਕਿ ਜਿਹੜਾ ਤੁਸੀਂ ਪਹਿਲੇ ਕੀਤਾ, ਜਾਂ ਤਾਂ ਉਹ ਦਿਖਾਵਾ ਸੀ ਕਿ ਪੂਰੀ ਵਰਲਡ ਦੀ ਮੀਡੀਆ ਜਿਹੜੀ ਆ ਉਹਨੂੰ ਕਵਰ ਕਰ ਰਹੀ ਸੀ, ਇਸ ਕਰਕੇ ਤੁਸੀਂ ਉਸ ਤਰੀਕੇ ਦਾ ਉਪਰਾਲਾ ਕਰ ਦਿੱਤਾ, ਜਾਂ ਹੁਣ ਤੁਹਾਨੂੰ ਚਾਹੀਦਾ ਘੱਟੋ ਘੱਟ
ਜਿਹੜਾ ਦੋ ਕੋੜੀ ਦਾ ਗੁੰਡਾ ਜਿੰਨੇ ਜਾ ਕੇ ਉੱਥੇ ਕੰਮ ਕੀਤਾ ਉਹਨੂੰ ਤੇ ਮੈਂ ਕਹਿੰਦਾ ਜੇਲ੍ਹ 'ਚ ਪਾਉਣ, ਐਸੀਆਂ ਧਰਾਵਾਂ ਲਗਵਾਉਣ ਜਿਹਦਾ ਜਿਹੜਾ ਘੱਟੋ ਘੱਟ 20 ਸਾਲ ਉਹ ਜੇਲ੍ਹ ਤੋਂ ਬਾਹਰ ਨਾ ਨਿਕਲੇ, ਉਹਨੂੰ ਸਬਕ ਮਿਲੇ। 295 ਇਹ ਸਾਡੇ ਇੰਡੀਆ 'ਚ ਹੈਗੀ ਹੈ, ਪਾਕਿਸਤਾਨ 'ਚ ਵੀ ਜੇ ਇੱਥੇ ਆਈਪੀਸੀ ਲੱਗਦੀ, ਪਾਕਿਸਤਾਨ 'ਚ ਪੀਪੀਸੀ ਲੱਗਦੀ ਹੈਗੀ ਔਰ 295 ਸੀ ਇਹ ਧਾਰਾ ਹੈਗੀ ਹੈ ਆਪਣੀ, ਇਹ ਤੇ ਉਹਨੇ 295 ਸੀ ਇਹ ਤਕਰੀਬਨ ਸੇਮ ਹੈ, ਹਜੇ ਤੱਕ ਉਹਨੂੰ ਅਰੈਸਟ ਨਹੀਂ ਕੀਤਾ। ਦੇਖੀ ਬਿਲਕੁਲ ਸਿਰਫ ਇਹ 295 ਸੀ ਦੀ ਗੱਲ ਨਹੀਂ ਹੈ, ਇਹਦੇ ਇਲਾਵਾ ਜਿਸ ਤਰ੍ਹਾਂ ਉਹਨਾਂ ਨੇ ਹਮਲਾ ਕੀਤਾ, ਉਹ ਜਾਨ ਲੈਣ ਗਏ ਸੀ ਉੱਥੇ, ਮਾਰਨ ਗਏ ਸੀ ਉਹਦੇ ਅੰਦਰ, ਜਿਵੇਂ ਸਾਡੇ ਇੱਥੇ 307 ਲੱਗਦੀ ਹੈ ਜਾਨਲੇਵਾ ਹਮਲਾ, ਮੌਬ ਨੂੰ ਇਕੱਠਾ ਕਰਕੇ ਲਿਜਾਣਾ, ਇੱਕ ਪੂਰਾ ਦਾ ਪੂਰਾ ਆਰਗੇਨਾਈਜ਼ ਤਰੀਕੇ ਦੇ ਨਾਲ ਰਾਈਟਿੰਗ ਕਰਨਾ, ਇਹ ਸਾਰੀਆਂ ਧਾਰਾਵਾਂ ਜਿਹੜੀਆਂ ਨੇ ਉਹ ਲੱਗਣੀਆਂ ਚਾਹੀਦੀਆਂ, ਨਾ ਸਿਰਫ 295 ਸੀ। ਇਮਰਾਨ ਖਾਨ ਜੀ, ਜੇ ਤੁਹਾਡੀ ਨੀਅਤ ਸਾਫ਼ ਹੈ, ਜੇ ਤੁਸੀਂ ਚਾਹੁੰਦੇ ਹੋ ਕੁਝ ਕਰਨਾ, ਤੇ ਇਹ ਸਿੱਖ ਹਿੰਦੁਸਤਾਨ ਦਾ ਤੁਹਾਨੂੰ ਕਹਿੰਦਾ, ਮੈਂ ਤੁਹਾਨੂੰ ਬਾਰ ਬਾਰ ਨਮਸਕਾਰ ਕਰਾਂਗਾ ਜੇ ਤੁਸੀਂ ਇਸ ਗੁੰਡੇ ਨੂੰ ਜ਼ਿੰਦਗੀ ਭਰ ਵਾਸਤੇ ਸਬਕ ਸਿਖਾਓ, ਜੇ ਆਉਣ ਵਾਲੀਆਂ ਪੁਸ਼ਤਾਂ ਵੀ ਇਹਦੀਆਂ ਯਾਦ ਕਰਨ ਕਿ ਇਹਨੇ ਕੀ ਕੀਤਾ ਹੈ, ਗੁਰੂ ਨਾਨਕ ਦੇਵ ਜੀ ਦੀ ਧਰਤੀ 'ਤੇ ਜਾ ਕੇ ਜਿਹੜਾ ਇਹਨੇ ਨੀਚ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਠੀਕ ਹੈ ਜੀ, ਧੰਨਵਾਦ ਕਰਦੇ ਹਾਂ ਜੀ। ਲਗਾਤਾਰ ਤੁਸੀਂ ਦੇਖ ਰਹੇ ਹੋ ਹਜੇ ਵੀ ਪ੍ਰੋਟੈਸਟ ਜਾਰੀ ਹੈਗਾ, ਤੀਨ ਮੂਰਤੀ ਮਾਰਗ 'ਤੇ ਸਵੇਰ ਤੋਂ ਹੀ ਅਸੀਂ ਅਕਾਲ ਚੈਨਲ ਟੀਮ ਡਟੇ ਹੋਏ ਹਾਂ ਔਰ ਤੀਸਰਾ ਚੌਥਾ ਪ੍ਰੋਟੈਸਟ ਹੈ ਦੇਖ ਰਹੇ ਹੋ ਕਿ ਹੋ ਰਿਹਾ ਹੈਗਾ, ਸਵੇਰ ਤੋਂ ਹੀ ਧਾਰਾ 144 ਲੱਗੀ ਹੋਈ ਹੈ। ਇਸੇ ਤਰੀਕੇ ਜੋ ਵੀ ਅਪਡੇਟ ਹੋਏਗੀ ਜੁੜਦੇ ਰਹਾਂਗੇ ਅਤੇ ਦੇਖਦੇ ਰਹੋ ਅਕਾਲ ਚੈਨਲ। ਕੈਮਰਾਮੈਨ ਗੁਰਵਿੰਦਰ ਸਿੰਘ ਦੇ ਨਾਲ ਦਾਸ ਗੁਰਪ੍ਰੀਤ ਸਿੰਘ ਪੂਈ ਦਿੱਲੀ ਤੋਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਬੋਲੇ।